ਦੋਸਤੋ, ਇੰਨੇ ਦਿਨ ਸਭ ਤੋਂ ਜ਼ਿਆਦਾ ਜਿਹੜਾ ਮੇਰੇ ਤੋਂ ਸਵਾਲ ਪੁੱਛਿਆ ਜਾ ਰਿਹਾ ਨਾ, ਵਿਜ਼ਟਰ ਵੀਜ਼ਾ ਵਾਲੇ ਉਹ ਕੈਂਡੀਡੇਟਸ ਜਿਹੜੇ ਕੈਨੇਡਾ ਟਰੈਵਲ ਕਰਨਾ ਚਾਹੁੰਦੇ ਨੇ ਅਤੇ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਡਰ ਕਿ ਕੀ ਉਹਨਾਂ ਨੂੰ ਏਅਰਲਾਈਨ ਵਾਪਸ ਭੇਜ ਸਕਦੀ ਆ, ਕੀ ਏਅਰਲਾਈਨ ਕੋਲ ਅਥੋਰਿਟੀ ਹੁੰਦੀ ਆ ਕਿ ਉਹ ਤੁਹਾਨੂੰ ਇਨਵੈਸਟੀਗੇਟ ਕਰ ਸਕੇ ਅਤੇ ਤੁਹਾਨੂੰ ਵਾਪਸ ਭੇਜ ਸਕੇ, ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਦੋਸਤੋ, ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ ਏਅਰਲਾਈਨ ਨੂੰ ਇਹ ਅਥੋਰਿਟੀ ਦਿੱਤੀ ਜਾਂਦੀ ਆ ਕਿ ਤੁਸੀਂ ਇੱਕ ਕੈਂਡੀਡੇਟ ਨੂੰ, ਇੱਕ ਟਰੈਵਲਰ ਨੂੰ ਇਨਵੈਸਟੀਗੇਟ ਕਰ ਸਕਦੇ ਹੋ ਅਤੇ ਪੇਪਰ ਚੈੱਕ ਕਰ ਸਕਦੇ ਹੋ, ਅਤੇ ਜੇ ਤੁਹਾਨੂੰ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਜੈਨੂਅਨ ਕੈਂਡੀਡੇਟ ਨਹੀਂ ਲੱਗਦਾ, ਤਾਂ ਤੁਸੀਂ ਉਹਨੂੰ ਉਹਦੇ ਟਰੈਵਲ ਦੇ ਉੱਤੇ ਵੀ ਰੋਕ ਲਾ ਸਕਦੇ ਹੋ, ਯਾਨੀ ਕਿ ਉਹਨੂੰ ਤੁਸੀਂ ਟਰੈਵਲ ਕਰਨ ਤੋਂ ਰੋਕ ਸਕਦੇ ਹੋ, ਅਤੇ ਇਹ ਹੋ ਵੀ ਰਿਹਾ ਵਾ ਬਹੁਤੇ ਕੈਂਡੀਡੇਟਸ ਨਾਲ। ਇਹਦੇ ਪਿੱਛੇ ਕੀ ਨਿੱਜੀ ਮਫਾਦ ਨੇ ਏਅਰਲਾਈਨ ਦੇ ਜਾਂ ਕਿਸੇ ਏਜੰਟ ਦੇ, ਇਸ ਬਾਰੇ ਤਾਂ ਮੈਨੂੰ ਨਹੀਂ ਪਤਾ, ਬਟ ਮੈਂ ਇੱਕ ਟੈਕਨੀਕੈਲਿਟੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਇਹ ਅਥਾਰਟੀ ਹੁੰਦੀ ਹੈ ਏਅਰਲਾਈਨ ਕੋਲ, ਬਟ ਤੁਹਾਡੇ ਕੋਲ ਵੀ ਫੁੱਲ ਫਲੈਜ ਅਥਾਰਟੀ ਹੁੰਦੀ ਹੈ ਕਿ ਤੁਸੀਂ ਆਪਦੇ ਆਪ ਨੂੰ ਬੋਨਾਫਾਈਡ ਕੈਂਡੀਡੇਟ ਸਾਬਤ ਕਰ ਸਕੋ, ਏਅਰਲਾਈਨ ਨੂੰ ਇਹ ਦੱਸ ਸਕੋ ਕਿ ਤੁਸੀਂ ਕੈਨੇਡਾ ਕਿਉਂ ਚੱਲੇ ਹੋ। 179 ਸਬਸੈਕਸ਼ਨ ਤਹਿਤ ਤੁਹਾਨੂੰ ਕੈਨੇਡੀਅਨ ਗਵਰਨਮੈਂਟ ਵੱਲੋਂ, ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਵੀਜ਼ਾ ਦਿੱਤਾ ਗਿਆ, ਤਾਂ ਹੀ ਤੁਸੀਂ ਟਰੈਵਲ ਕਰ ਰਹੇ ਹੋ, ਬਟ ਮੈਕਸੀਮਮ ਟਾਈਮ ਦੇ ਉੱਤੇ ਸਾਡੇ ਜਿਹੜੇ ਕੈਂਡੀਡੇਟਸ ਨੇ ਉਹ ਘਬਰਾ ਜਾਂਦੇ ਨੇ, ਅਤੇ ਜਦੋਂ ਤੁਸੀਂ ਘਬਰਾਹਟ ਦੇ ਵਿੱਚ, ਡਰ ਦੇ ਵਿੱਚ ਆਪਦੇ ਸਵਾਲਾਂ ਦੇ ਜਵਾਬ ਹੀ ਨਹੀਂ ਦੇ ਪਾਉਂਦੇ, ਸਿੰਪਲ ਪੁੱਛੇ ਗਏ ਸਵਾਲਾਂ ਦੇ ਜਵਾਬ ਨਹੀਂ ਦੇ ਪਾਉਂਦੇ, ਤਾਂ ਏਅਰਲਾਈਨ ਕੋਲ ਇੱਕ ਰਾਹ ਖੁੱਲ ਜਾਂਦਾ ਕਿ ਉਹ ਤੁਹਾਨੂੰ ਵਾਪਸ ਭੇਜਣ ਜਾਂ ਤੁਹਾਨੂੰ ਮੋੜ ਦੇਣ ਉਸ ਦਿਨ ਦੇ ਲਈ, ਫਿਰ ਤੁਸੀਂ ਕੋਈ ਹੋਰ ਏਅਰਲਾਈਨ ਦੀ ਟਿਕਟ ਲੈ ਕੇ ਟਰੈਵਲ। ਬਹੁਤ ਕੈਂਡੀਡੇਟਸ ਨਾਲ ਇਹ ਹੋਇਆ, ਮੇਰੇ ਕੈਂਡੀਡੇਟਸ ਨਾਲ ਵੀ ਇਹ ਹੋਇਆ, ਪਰ ਜੇ ਤੁਸੀਂ ਨਿਡਰ ਹੋ ਕੇ ਤੁਸੀਂ ਆਪਦੇ ਆਪ ਨੂੰ ਜੈਨੂਅਨ, ਕਿਉਂਕਿ ਤੁਸੀਂ ਜਿਹੜੇ ਕਾਗਜ਼ਾਂ 'ਤੇ ਤੁਹਾਨੂੰ ਵੀਜ਼ਾ ਗਵਰਨਮੈਂਟ ਨੇ ਦਿੱਤਾ ਉਹ ਤੁਹਾਡੇ ਨਾਲ ਸੰਬੰਧਿਤ ਨੇ, ਤੁਹਾਡਾ ਪ੍ਰੋਫਾਈਲ, ਤੁਹਾਨੂੰ ਪਤਾ ਤੁਸੀਂ ਕੀ ਹੋ, ਤੁਸੀਂ ਕੈਨੇਡਾ ਕਿਉਂ ਚੱਲੇ ਹੋ, ਕਿਹਦੀ ਇਨਵੀਟੇਸ਼ਨ ਲੈਟਰ 'ਤੇ ਚੱਲੇ ਹੋ, ਕਦੋਂ ਤੁਸੀਂ ਵਾਪਸ ਆ ਰਹੇ ਹੋ, ਸਭ ਕੁਝ ਤੁਹਾਡੇ ਕੋਲ ਹੁੰਦਾ, ਅਤੇ ਉਹੀ ਸਵਾਲ ਪੁੱਛਿਆ ਜਾਣਾ। ਕੋਈ ਵੀ ਰੋਕਟ ਸਾਇੰਸ ਤਾਂ ਨਹੀਂ ਪੁੱਛੀ ਜਾ ਸਕਦੀ, ਪਰ ਕੀ ਹੁੰਦਾ, ਅਸੀਂ ਇੰਨਾ ਡਰ ਜਾਂਦੇ ਹਾਂ ਉਸ ਟਾਈਮ ਦੇ ਉੱਤੇ ਕਿ ਅਸੀਂ ਉਹਨਾਂ ਨੂੰ ਮੌਕਾ ਦੇ ਦਿੰਦੇ ਹਾਂ ਕਿ ਉਹ ਸਾਡਾ ਟਰੈਵਲ ਦੇ ਉੱਤੇ ਸਾਡੇ ਰੋਕ ਲਾ ਸਕਣ, ਸਾਨੂੰ ਉਸ ਦਿਨ ਦੇ ਲਈ ਉਹ ਵਾਪਸ ਭੇਜ ਸਕਣ। ਪਰ ਜਿੱਥੋਂ ਤੱਕ ਅਥਾਰਟੀ ਦੀ ਗੱਲ ਆ, 100% ਇੱਕ ਏਅਰਲਾਈਨ ਕੋਲ ਅਥਾਰਟੀ ਹੁੰਦੀ ਹੈ, ਕਿਉਂਕਿ ਏਅਰਲਾਈਨ ਕਹਿੰਦੀ ਹੈ ਕਿ ਜੇ CBSA ਆਫਿਸਰ ਤੁਹਾਨੂੰ ਕੈਨੇਡਾ ਤੋਂ ਐਂਟਰੀ ਦੇ ਉੱਤੇ ਰੋਕ ਲਾਉਂਦਾ, ਪੋਰਟ ਆਫ ਐਂਟਰੀ ਦੇ ਉੱਤੇ ਤੁਹਾਨੂੰ ਵਾਪਸ ਭੇਜਦਾ, ਤਾਂ ਉਹ ਏਅਰਲਾਈਨ ਦੀ ਰਿਸਪੋਂਸੀਬਿਲਿਟੀ ਹੋਊਗੀ ਕਿ ਉਹ ਤੁਹਾਨੂੰ ਫ੍ਰੀ ਆਫ ਕਾਸਟ ਵਾਪਸ ਲੈ ਕੇ ਆਵੇ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕੈਨੇਡੀਅਨ ਗਵਰਨਮੈਂਟ ਨੇ ਅਥਾਰਟੀ ਦਿੱਤੀ ਹੁੰਦੀ ਹੈ ਏਅਰਲਾਈਨ ਨੂੰ ਕਿ ਤੁਸੀਂ ਭਾਈ ਆਪਦੇ ਲੈਵਲ 'ਤੇ ਵੀ ਕੈਂਡੀਡੇਟ ਨੂੰ ਇਨਵੈਸਟੀਗੇਟ ਕਰੋ, ਅਤੇ ਜੇ ਤੁਹਾਨੂੰ ਲੱਗਦਾ ਉਹ ਜੈਨੂਅਨ ਨਹੀਂ ਹੈਗਾ, ਤਾਂ ਤੁਸੀਂ ਉਹਨੂੰ ਉਦਣ ਜਹਾਜ਼ ਚੜ੍ਹਨ ਤੋਂ ਰੋਕੋ।